ਮਿਲ ਕੇ ਸਲਵਾਤ ਪੜ੍ਹੋ। ਬਾਰਵੇਂ ਸ਼ਹਿਨਸ਼ਾਹ ਵਲੀ ਉਲ ਅਸਰ ਇਮਾਮ ਜ਼ਮਾਨਾ ਦੀ ਆਮਦ ਔਰ ਸਲਾਮਤੀ ਵਾਸਤੇ ਜਿਤਨੇ ਹਾਜ਼ਰ ਬੈਠੇ ਹੋ ਵਾਜਿਬ ਸਮਝ ਕੇ ਉੱਚੀ ਸਲਵਾਤ ਪੜ੍ਹੋ। ਬਿਲਕੁਲ ਥੋੜ੍ਹੇ ਜਿਹੇ ਵਕਤ ਵਿੱਚ ਇੱਕ ਜੁਮਲਾ ਗੁਰਬਤ ਦੇ ਪੜ੍ਹਨੇ ਜਿਹੜੇ ਹਾਜ਼ਰ ਬੈਠੇ ਹੋ ਤਵੱਜੋ ਤੁਹਾਡੀ ਮੇਰੇ ਪਾਸੇ ਉਸੀ ਮੈਂ 4 ਜਾਂ 5 ਮਿੰਟਾਂ 'ਚ ਗੁਰਬਤ ਦਾ ਜੁਮਲਾ ਪੜ੍ਹਨੇ ਅਤੇ ਮੇਰਾ ਦਿਲ ਹੈ ਮੈਂ ਆਪਣੇ ਵਕਤ ਵਿੱਚ ਕਰਬਲਾ ਦੇ ਉਹਨਾਂ ਨੂੰ ਸ਼ਹੀਦਾਂ ਦਾ ਜ਼ਿਕਰ ਸੁਣਾਵਾਂ ਜਿਨ੍ਹਾਂ ਦੇ ਲਾਵਣ ਤੋਂ ਬਾਅਦ ਆਲੀਆ ਦੀ ਨਸਲ ਮੁੱਕ ਗਈ ਹੈ। ਭਲਾ ਥੀ ਵੇ ਜਾਂ ਅਦਾਦਾਰ ਦੀ ਹੈ ਬੁਲੰਦ ਥੀ ਗਈ ਉਹਨਾਂ ਸ਼ਹਾਦਾਂ ਦੇ ਡੂਬੈਣ ਸੁਣੇ ਨਾ ਜਿਨ੍ਹਾਂ ਕੋ ਮਾਂ ਮੌਕੇ 'ਤੇ ਵੀ ਨਹੀਂ ਰੁਣੀ। ਹੁਸੈਨ ਜੀਆਂ ਫਿਰਾ ਮਿੰਨਤਾਂ ਕਰਿੰਦਾ ਰੇ ਅਕਬਰ ਦਾ ਬਾਬਾ ਆਪ ਹੀ ਰੋਂਦਾ ਖੜੇ ਤੇ ਭੇਣ ਦੁੱਡੇ ਕਿਆਦਾ ਖੜੇ ਮੇਰੀ ਭੇਣ ਰੋ ਬੀਬੀ ਆਦੀ ਹੁਸੈਨ ਇਨਹਾ ਕੁਰੋਵਣੇ ਜਾਂ ਤੂੰ ਚਾਹੁੰਦ ਹੈ ਕਿ ਮੈਂ ਰੋਵਾਂ ਸਈਆ ਦਾਦੇ ਮੇਰੀ ਭੇਣ ਮੈਂ ਚਾਹੁੰਦਾ ਕਿ ਤੂੰ ਰੋ ਭਿਰਾ ਦੇ ਗੱਲ 'ਚ ਮਈ ਪਾ ਕੇ ਆਦੇ ਵਾਧੂਆ ਮੰਗ ਅਗਰ ਕੈਂ ਰੋਵਣ ਦਿੱਤਾ ਤਾਂ ਨਵੇਕਲੀ ਤੈਡੀ ਲਾਸ਼ ਤੇ ਰੋ ਬਲਾ ਥੀ ਵੇ ਜਾਏ ਅਦਾਦਾਰ ਦੀ ਹੈ ਬੁਲੰਦ ਥੀ ਗਈ ਇਹੋ ਕੁਝ ਦੇਰ ਲੱਗਦੀ ਅਦਾਦਾਰ ਦੇ ਰੋਂਦੇ ਆਖਰੀ ਜੁਮਲਾ ਆਉਣ ਦੇ ਬਾਅਦ 4 ਵਹਿਣ 10 ਜਾਂ 11 ਸਾਲਾਂ ਦਾ ਪੁੱਤਰ ਸਕੂਲ ਪਿਆ ਵਹਿੰਦਾ ਹੋਵੇ ਨਾ ਮਾਂ ਕੋ ਪਤਾ ਹੁੰਦਾ ਹੁਣੇ 4 ਜਾਂ 5 ਘੰਟਿਆਂ ਦੇ ਬਾਅਦ ਵਾਲਾ ਸੀ ਵਹਿੰਦੇ ਹੋਏ ਪੁੱਤਰ ਕੁਮਾਰ ਰੋ ਕੇ ਕਹਿਲੇ ਸੱਜੇ ਪਾਸੋਂ ਚੁੰਮਦੀਏ ਕਹਿਲੇ ਖੱਬੇ ਪਾਸੋਂ ਚੁੰਮਦੀਏ ਬਾਬੇ ਹੁਣੀ ਪੜ੍ਹਦੇ ਰਹਿੰਦੇ ਹਨ ਤਾਰੀਖ ਦਰਦ 'ਚ ਵੱਡੇ ਸ਼ਹਿਜ਼ਾਦੇ ਆਉਂ ਨਗਾਂ ਰੁਖਸਾਰ ਵਧਾਇਆ ਤੇ ਮਾਂ ਦੇ ਕਦਮਾਂ ਤੇ ਹੱਥ ਲਾ ਕੇ ਆਦੇ ਅੰਮਾ ਚੁੰਮ ਖਿੰਨ ਵੱਤ ਮਤਾਂ ਝਾ ਚੁੰਮਣ ਦੇ ਕਾਬਿਲ ਨਰਾਵੇ ਇਵੇਂ ਹੱਕ ਬਣਦਾ ਜਿਵੇਂ ਸਾਰਾ ਰਲ ਕੇ ਹੈ ਬੁਲੰਦ ਕਰ ਅੰਮਾ ਅੰਮਾ ਮੂੰਹ ਚੁੰਮ ਖਿੰਨ ਵੱਤ ਮਤਾਂ ਏ ਝਾ ਚੁੰਮਣ ਦੇ ਕਾਬਿਲ ਨਰਾਵੇ ਬੀਬੀ ਆਦੇ ਆਉਣ ਮੁਹੰਮਦ ਅਲੀ ਦੀ ਧੀ ਕੋਲ ਮੂੰਹ ਚੁਮਾਵਣਾ ਕੋਈ ਮਜ਼ਾਕ ਏ ਤੁਸਾਂ ਨਹੀਂ ਵੇਦੇ ਦੇ ਇਨਹਾਂ ਲੱਭਾਂ ਨਾਲ ਮੈਂ ਹੁਸੈਨ ਜੈ ਭਿਰਾ ਕੋ ਚੁੰਮਦੀਆਂ ਇਨਹਾਂ ਲੱਭਾਂ ਨਾਲ ਮੈਂ ਅਕਬਰ ਦੀ ਸ਼ਕਲ 'ਚ ਰਸੂਲ ਕੋ ਚੁੰਮਦੀਆਂ ਬੀਬੀ ਆਦੀ ਆਉਣ ਮੁਹੰਮਦ ਤੁਹਾਡੀ ਹਸਰਤ ਨਾ ਮੈਂ ਚੁੰਮਾਂ ਪਹਿਲੇ ਆਪਣੇ ਆਪ ਕੋਈ ਕਾਬਿਲ ਕਰੋ ਜੋ ਮੈਂ ਚੁੰਮਾਂ ਬੀਬੀ ਆਦੀ ਮੇਰੀਆਂ 4 ਸ਼ਰਤਾਂ ਇਹ ਆਖਰੀ ਦਰਦਾਰ ਤੱਕ ਪਹੁੰਚਾਉਣੀ ਨਹੀਂ ਇਹ 4 ਸ਼ਰਤਾਂ ਪੂਰੀਆਂ ਚ ਕਰੋ ਮੈਂ ਮਾਂ ਹੋ ਕੇ ਵਾਅਦਾ ਪਈ ਕਰਦੀਆਂ ਜਿੱਦਾਂ ਸ਼ਾਮ ਵਿੱਚ ਵਾਲਾ ਸਾਂ ਮੈਂ ਤੁਹਾਡੀਆਂ ਕਬਰਾਂ ਗੋਲ ਕੇ ਮਿੱਟੀਆਂ ਚਾ ਕੇ ਚੁੰਮਸਾਂ ਆਉਣ ਮੁਹੰਮਦ ਪਹਿਲੇ ਆਪਣੇ ਆਪ ਕੋ ਈ ਕਾਬਿਲ ਕਰੋ ਜੋ ਮੈਂ ਚੁੰਮਾਂ ਆਦੇ ਅੰਮਾ ਹੁਕਮਕਾਰ ਬੀਬੀ ਆਦੀ ਏ ਮੇਰੀ ਪਹਿਲੀ ਸ਼ਰਤ ਅਕਬਰ ਦੀ ਜਾਗੀਰ ਦੇ ਅੰਦਰੋਂ ਨਹੀਂ ਲੈਣਾ ਬੀਬੀ ਆਦੀ ਕੋਈ ਹਜ਼ਾਰ ਦੇ ਕੇ ਬਚੜੇ ਸਮਾਏ
ਭਲਾ ਥੀਵੇ ਜਨਾ ਦੇਵਾਇਣ ਬੁਲੰਦ ਥੀ ਗਏ ਇਵੇਂ ਹੱਕ ਬਣਦਾ ਤੁਹਾਡੀ ਵਜ਼ਾਰੀ ਦਾ ਪਹਿਲੀ ਸ਼ਰਤ ਅਕਬਰ ਦੀ ਜਾਗੀਰ ਦੇ ਅੰਦਰੋਂ ਨਹੀਂ ਲੈਣਾ ਇਹ ਜਿੰਨਾ ਸ਼ਹਿਜ਼ਾਦਾਂ ਦੇ ਦੁੱਖ ਮੈਂ ਖੜਾ ਪੜਦਾ ਸਾਰਾ ਤੂੰ ਢੇਰ ਦੱਸਿਆ ਏ ਕਰਬਲਾ ਇਤਿਹਾਸ ਤੇ ਗਰਮੀ ਦੀ ਇਤਨੀ ਚਿਤਾ ਤਈ ਜਰਾ ਬਾਲ ਮੂੰਹ ਬੰਦ ਕਰਿਆ ਵਤ ਖੋਲ ਨਾ ਸੰਗਦਾ ਭਲਾ ਥੀਵੇ ਬਈ ਅਕਬਰ ਦੀ ਜਾਗੀਰ ਦੇ ਬਾਹਰੋਂ ਜਵਾਂ ਲੱਥੇ ਨ ਹੱਕ ਇਵੇਂ ਬਣਦਾ ਈ ਜੋ ਪਾਲਿਆ ਲਕਮਾ ਤੇ ਵਹਿੰਦੇ ਪਾਣੀ ਪੀਂਦੇ ਫੁੜਾ ਤੇ ਜੀ ਦੂਰ ਕੋਈ ਨਹੀਂ ਆ ਉਹ ਮਾਤਮੀਓ ਮਾਤ ਦੂਜੀ ਸ਼ਰਤੀਏ ਦੀ ਔਖੀ ਆਈ ਆ ਬੀਬੀਆਂ ਦੀ ਆਉਣ ਮੁਹੰਮਦ ਮੈਂ ਕੋਈ ਨ ਦੱਸੇ ਆਲੀਆ ਦੇ ਬਚਣਾ ਪਾਣੀ ਤੋਂ ਦਿੱਠਾ ਏ ਆਦੀਏ ਪਾਣੀ ਤੇ ਨ ਡਿੱਗਿਆ ਮੜੀ ਸ਼ਿਕਾਇਤ ਨ ਕਰੇ ਇਵੇਂ ਹੱਕ ਬਣਦਾ ਥੋੜੀ ਅਦਾਰੀ ਦਾ ਇੱਕ ਲੰਮੇ ਦਾ ਇੰਤਜ਼ਾਰ ਨਹੀਂ ਕਰਾਇਆ ਆਖਰੀ ਡੂਵਣ ਤੇ ਮਾਤਮ ਲਵਣ ਡੂਵੇ ਫਿਰਾ ਕਤਾਰ ਚ ਖੜੇ ਆਏ ਛੋਟਾ ਅਗੂ ਖੜਾ ਹੈ ਵੱਡਾ ਪਿੱਛੂ ਖੜਾ ਹੈ ਵੱਡਾ ਅੱਗਾ ਤੇ ਵੱਧ ਕਿਆ ਦੇ ਅੰਮਾ ਸਨ ਦੇਖੂ ਅੰਮਾ ਵੀ ਆ ਹੁਕਮ ਬੀਬੀਆ ਦੇ ਆਉਣੋ ਮੁਹੰਮਦ ਜਿੱਥਾ ਲਾਸੋ ਹੀ ਪਾਸੋ ਤੁਹਾਡਾ ਨਾਨਾ ਨਬੀ ਆਸੀ ਬਾਏ ਪਾਸੋ ਨਾਨਾ ਅਲੀ ਆਸੀ ਬੀਬੀਆ ਦੇ ਕੱਲੇ ਨਾ ਹੁਸੈਨ ਹੱਥੇ ਪਾਣੀ ਦਾ ਜਾਮ ਸੀ ਹੱਥ ਬਣ ਕੇ ਆਦੀ ਜਦੋਂ ਨਾਨਾ ਪਾਣੀ ਦੇਵਣ ਲੱਗੇ ਕਹਿਣ ਪਿਲਾ ਅਜਾ ਮਾਸੂਮਾ ਦਸੀ ਅਕਾਏ ਨਹੀਂ ਪੀਂਦੇ ਸਾਡਾ ਮਾਮਾ ਦੱਸੇ ਭਲਾ ਥੀਵੇ ਬਈ ਉਹ ਆਖਰੀ ਹਜ਼ਾਰ ਤੱਕ ਆਦਨ ਅੰਮਾ ਸਾਂ ਸੁੱਚੇ ਸੂਈ ਨਹੀਂ ਅੰਮਾ ਵੀ ਆ ਹੁਕਮ ਉਹ ਆਖਰੀ ਬੈਠੇ ਹਲਕੇ ਦੇ ਮਾਤਮੀ ਜਿਤਨੇ ਬੈਠੇ ਹੋ ਪਹਿਲੇ ਬੈਠੀ ਆਈ ਵੱਤ ਉੱਠੀ ਖੜੀ ਮਾਂ ਦੀ ਚਾਦਰ ਗਾਲੀ ਚ ਪਾ ਕੇ ਆ ਦੇ ਤੁਹਾਡੀ ਮਿੰਨਤ ਪਈ ਕਰੇ ਲੀਆਂ ਅੱਗੇ ਲਾਸ਼ਾ ਚਾਚਾ ਥੱਕ ਪੀ ਆਏ ਆਦੇ ਜਿੱਦਾਂ ਲਵਾਏ ਇਵੇਂ ਹੱਕ ਬਣਦਾ ਤੇਰੇ ਵਾਇਣ ਤੇ ਮਾਤਮ ਪਏ ਕਰਦੇ ਹੋ ਆਖਰੀ ਵਾਇਣ ਮਾਂ ਛੋਟੀ ਛੋਟੀ ਤਲਵਾਰੀ ਦੇ ਛੋੜੀਆਂ ਔਣ ਮੁਹੰਮਦ ਇਵੇਂ ਨ ਵਜਾਏ ਜੰਗ ਕਰਕੇ ਵਜਾਏ ਮੈਦਾਨ ਚ ਵਜ ਕੇ ਦੱਸਾਏ ਕਹਿੰਦੇ ਪੋਤਰੇ ਆਏ ਕਹਿੰਦੇ ਬੋਤਰੇ ਆਏ ਇੱਕੀ ਸਵਾਰੀ ਤੇ ਹੁਸੈਨ ਸਵਾਰ ਕੀਤਾ ਏ ਵੱਡੇ ਦਾ ਮੂੰਹ ਖੈ ਛੋਟੇ ਦਾ ਪਿੱਛੇ ਮੈਦਾਨ ਚ ਆ ਕੇ ਆਪਣਾ ਤਾਰਫ ਕਰਾਇਆ ਨੇ ਅਕਬਰ ਦੀ ਜਾਗੀਰ ਦੇ ਬਾਹਰੋਂ ਜਵਾਈ ਲੱਥਣ ਇਵੇਂ ਤਾਂ ਨਹੀਂ ਗਏ ਜੰਗ ਕਰਕੇ ਗਏ ਇੱਕ ਵੀ ਬੰਦਾ ਇਹਨਾਂ ਦੀ ਸਵਾਰੀ ਸੁੱਬਾ ਥੱਲੇ ਫਿਨਾਰ ਕੀਤਾ ਏ ਅਕਬਰ ਦੀ ਜਾਗੀਰ ਦੇ ਬੰਨੇ ਤੋਂ ਪਲੰਗ ਨੇ ਆਏ ਵੱਡਾ ਛੋਟੇ ਕੋਲ ਪੁੱਛਦਾ ਕਿਹੜੀ ਛਾਏ ਆਦੇ ਅੰਮਾ ਦਾ ਵਾਦਾ ਭੁੱਲ ਗਈ ਜਾਗੀਰ ਮੁੱਕਦੀ ਪਈਏ ਆਦੇ ਜਾਗੀਰ ਮੁੱਕਦੀ ਪਈਏ ਮੈਂ ਲਹਦਾ ਪੀਆ ਮੇਰੇ ਸਲਾਮ ਨੇ ਵੇ ਗੁੱਲਰ ਕਾ ਲਾ ਲਿਓ ਇਹਦਾ ਸੌਖਾ ਨਹੀਂ ਲੱਥਾ ਜਾਏ ਜਿਵੇਂ ਸੋਈ ਤੇ ਫੁੱਲ ਲਾਏ ਇਹਨੂੰ ਫਣੇ ਚੱਲ ਥਾਏ
ਹੋਣ ਦਾ ਹੱਕ ਅਦਾ ਕੀਤੀ ਬੈਠੇ ਹੋ, ਹੌਸਲੇ ਨਾਲ ਮਾਤਮ ਦਾ ਹੱਕ ਬੈਠਾ ਹੈ। ਹੁਣ ਮੈਂ ਹੱਥ ਦੇਖ ਰਿਹਾ ਜਿਹੜੇ ਅੱਲਾ ਬਣਾਏ ਵੀ ਮਾਤਮ ਵਾਸਤੇ ਹਨ। ਮੈਂ ਕਈ ਐਸੀਆਂ ਭੈਣਾਂ ਡਿੱਠੀਆਂ ਜਿਹੜੀਆਂ ਭਰਾਵਾਂ ਕੋ ਫੋਨ ਕਰਕੇ ਸਦੇਂਦੀਆਂ ਨਾ ਭਣੇਜਾ ਬਿਮਾਰ ਹੈ। ਇਹ ਪਹਿਲੀ ਭੇਣ ਹੈ ਭਰਾ ਭਣੇਜਾ ਪੁੱਛਾਵਣ ਵੈਂਦੇ ਭੇਣ ਵੰਜਣ ਨਹੀਂ ਦਿੰਦੀ। ਉਹਨੇ ਹੁਸੈਨ ਸੀ ਕਮੈਂਡ ਕੀਤਾ ਸੀ ਰੋਕਿਆ ਤੇ ਹੁਣ ਰੋਕ ਨਹੀਂ ਰਸਦਾ ਭੇਣ ਮੇਰੀ ਚਾ ਵੀਰ ਦਾ ਕਰ ਬੋਲਾ ਹਾਵੇਂ ਹਾ ਕਿਹੜਾ ਕਰ ਰੋਕਿਆ ਤੇ ਤਦੇ ਅਕਬਰ ਤੂੰ ਮੈਂ ਚਾਇਆ ਮੈਂ ਦੇ ਆਨ ਤੂੰ ਨਾਲ ਜਾ ਹੱਥ ਦੇ ਖਲੇ ਜਿਹੜੇ ਲਿਆ ਬਣੇ ਵੀ ਮਾਤਮ ਵਸਤੀ ਆਖਰੀ ਵਾਇਣ ਅਕਬਰ ਦੀ ਜਾਗੀਰ ਦੇ ਬਾਰੂ ਛੋਟੇ ਤੂਹਾਨ ਨਾ ਲਏ ਖੈਮਾ ਚ ਖਿੰਨਾਏ ਸਯਾਦਾ ਦੇ ਬਚੜਾ ਦੀ ਮੁਕਾਨ ਛਾਲ ਬੀਬੀਆ ਜੇ ਮੈਂ ਭੇਜੀ ਤਾਂ ਚੋੜੀ ਹੈ ਹੀ ਬਚਾਏ ਮੈਂ ਬੀਬੀਆ ਬਚੜਾ ਕਿੱਥੇ